ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਖਬਰ ਲਈ ਚੱਲਦੇ ਹਾਂ ਪਠਾਨਕੋਟ ਬੜੀ ਦੁੱਖ ਭਰੀ ਖਬਰ ਹੈ ਕਿ ਹਸਪੀਟਲ ਦੇ ਵਿੱਚ ਇੱਕ ਨਵਜਾਤ ਬੱਚੀ ਦੀ ਮੌਤ ਹੋਈ ਹੈ ਔਰ ਪਰਿਵਾਰਕ ਮੈਂਬਰਾਂ ਨੇ ਹਸਪੀਟਲ ਦੇ ਪ੍ਰਸ਼ਾਸਨ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਔਰ ਕੀ ਹੈ ਪੂਰੀ ਖਬਰ ਪਠਾਨਕੋਟ ਤੋਂ ਮੇਰੇ ਨਾਲ ਗੁਰਦੇਵ ਜੌਹਲ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੌਹਲ ਸਾਹਿਬ ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ ਜੀ ਪਠਾਨਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਕਸਬਾ ਤਾਰਾਗੜ੍ਹ ਦੀ ਇਹ ਸਾਰੀ ਗੱਲਬਾਤ ਹੈ ਉੱਥੋਂ ਦੇ ਇੱਕ ਪਰਿਵਾਰ ਵੱਲੋਂ ਆਪਣੀ ਜਿਹੜੀ ਬਹੂ ਰਾਣੀ ਸੀ ਉਹਨੂੰ ਡਿਲੀਵਰੀ ਦੇ ਲਈ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਵੀਰਵਾਰ ਨੂੰ ਉਹਦੇ ਘਰ ਇੱਕ ਬੱਚੇ ਨੇ ਜਨਮ ਲਿਆ ਸੀ ਅਤੇ 3 ਦਿਨਾਂ ਬਾਅਦ ਉਸ ਬੱਚੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਆਰੋਪ ਲਗਾਏ ਉਹਨਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਰਕੇ ਉਹਨਾਂ ਦੇ ਬੱਚੇ ਦੀ ਜਾਨ ਗਈ ਹੈ ਜੀ ਲੇਕਿਨ ਜੌਹਲ ਸਾਹਿਬ ਕਿਸ ਤਰ੍ਹਾਂ ਦੀ ਲਾਪਰਵਾਹੀ ਕੀਤੀ ਹੈ ਡਾਕਟਰਾਂ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਬੱਚੇ ਦੀ ਪੂਰੀ ਕੋਈ ਦੇਖਭਾਲ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਹੀ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਜਿਹੜੇ ਬੱਚੇ ਦੀ ਮੌਤ ਹੋਈ ਉਸਦੇ ਪਿਤਾ ਨਾਲ ਕਿਹਾ ਕਿ ਡਾਕਟਰ ਵੀ ਕੋਈ ਨਸ਼ੇੜੀ ਹੈ ਅਤੇ ਸਾਡੇ ਜਿਹੜੇ ਮਰੀਜ਼ ਦੀ ਪੂਰੀ ਖਾਸ ਦੇਖਭਾਲ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਹੀ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਜੀ ਲੇਕਿਨ ਜੌਹਲ ਸਾਹਿਬ ਉਧਰ ਹਸਪੀਟਲ ਦੇ ਪ੍ਰਸ਼ਾਸਨ ਦੇ ਨਾਲ ਡਾਕਟਰ ਟੀਮ ਦੇ ਨਾਲ ਜੋ ਵੀ ਮਤਲਬ ਇਸ ਮਤਲਬ ਔਰਤ ਦਾ ਇਲਾਜ ਕਰ ਰਹੀ ਸੀ ਟੀਮ ਉਸ ਦੇ ਨਾਲ ਕੋਈ ਗੱਲਬਾਤ ਕੀਤੀ ਵੀ ਕਿਸ ਤਰ੍ਹਾਂ ਦੀ ਲਾਪਰਵਾਹੀ ਵਰਤੀ ਆ ਕਿ ਇੱਕ ਬੱਚਾ ਜਿਸ ਨੇ ਪੂਰੀ ਦੁਨੀਆ ਜੇ ਦੇਖਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਖਤਮ ਹੋ ਗਿਆ ਜੀ 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 ਬਿਲਕੁਲ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਤੇ ਇਹ ਆਰੋਪ ਲਗਾਇਆ ਕਿ ਬਿਲਕੁਲ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਹੀ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਉਹਨਾਂ ਕਿਹਾ ਕਿ ਬੱਚਾ ਤੇ ਬੱਚੇ ਦੀ ਮਾਂ ਅਜੇ ਹਸਪਤਾਲ ਵਿੱਚ ਐਡਮਿਟ ਸਨ ਅਤੇ ਐਡਮਿਟ ਦੌਰਾਨ ਜਿਹੜੀ ਸਾਰੀ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਬਣਦੀ ਹੈ ਅਤ ਦੂਸਰੇ ਪਾਸੇ ਜਦੋਂ ਅਸੀਂ ਹਸਪਤਾਲ ਦੇ ਡਾਕਟਰ ਨਿਪੁੰਨ ਮਹਾਜਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਬੱਚਾ ਅਤੇ ਬੱਚੇ ਦੀ ਮਾਂ ਬਿਲਕੁਲ ਠੀਕ ਸੀ ਅਤੇ ਡਿਲੀਵਰੀ ਬਾਅਦ ਬੱਚੇ ਨੂੰ ਜਿਹੜੇ ਬੱਚਿਆਂ ਦੇ ਮਾਹਿਰ ਡਾਕਟਰ ਕੋਲੋਂ ਬੱਚੇ ਦੀ ਜਾਂਚ ਵੀ ਕਰਵਾਈ ਗਈ ਸੀ ਅਤੇ ਬੱਚਾ ਬਿਲਕੁਲ ਸਵਸਥ ਸੀ ਉਹਨਾਂ ਬੱਚੇ ਦੀ ਮੌਤ ਦਾ ਸਾਰਾ ਜਿਹੜਾ ਇਲਜ਼ਾਮ ਉਹਨਾਂ ਪਰਿਵਾਰਕ ਮੈਂਬਰਾਂ ਤੇ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਬੱਚੇ ਨੂੰ ਜਦ ਫੀਡ ਦਿੱਤੀ ਗਈ ਸੀ ਤਾਂ ਉਹ ਫੀਡ ਬੱਚੇ ਦੀ ਫੂਡ ਪਾਈਪ ਦੀ ਜਾਣ ਦੀ ਬਜਾਏ ਸਾਹ ਨਾਲੀ ਵਿੱਚ ਚੱਲ ਗਈ ਸੀ ਸਾਹ ਰੁਕਣ ਕਰਕੇ ਬੱਚੇ ਦੀ ਮੌਤ ਹੋਈ ਹੈ ਉਹਨਾਂ ਜਿਹੜੀ ਆਪਣੇ ਤੋਂ ਜਿਹੜੇ ਲੱਗੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਬੱਚੇ ਦੇ ਘਰ ਵੱਲ ਨੂੰ ਠਹਿਰਾਇਆ ਉਲਟਾ ਜੀ ਲੇਕਿਨ ਜੌਹਲ ਸਾਹਿਬ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਅਜੇ ਤੱਕ ਇਹ ਮਾਮਲਾ ਪੁਲਿਸ ਕੋਲ ਨਹੀਂ ਪੁੱਜਾ ਅਜੇ ਆਪਸ ਵਿੱਚ ਬੱਚੇ ਦੇ ਮਾਂ ਬਾਪ ਅਤੇ ਹਸਪਤਾਲ ਪ੍ਰਸ਼ਾਸਨ ਦੇ ਵਿੱਚ ਇਹ ਸਾਰੀ ਬਹਿਸ ਵਸਾਈ ਹੁੰਦੀ ਰਹੀ ਹੈ ਅਤੇ ਹੋ ਸਕਦਾ ਇਹ ਸਾਡੀ ਖਬਰ ਭੇਜੇ ਜਾਣ ਤੱਕ ਇਹ ਮਾਮਲਾ ਅਜੇ ਪੁਲਿਸ ਕੋਲ ਨਹੀਂ ਪੁੱਜਿਆ ਹੋ ਸਕਦਾ ਕਿ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਇਹ ਮਾਮਲਾ ਪੁਲਿਸ ਕੋਲ ਵੀ ਜ਼ਰੂਰ ਜਾਵੇਗਾ ਸੋ ਬਹੁਤ ਬਹੁਤ ਮਿਹਰਬਾਨੀ ਜੌਹਲ ਸਾਹਿਬ ਔਰ ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਕੀਤੀ ਗਈ ਹੈ ਤੁਸੀਂ ਸੁਣ ਸਕਦੇ ਪਹਿਲਾਂ ਬੱਚਾ ਸਾਡੇ ਜਾਣ ਕੇ ਸਾਡੇ ਉੱਥੋਂ ਗਵਾਤਾ ਬੱਚਾ ਸਵੇਰੇ ਠੀਕ ਹੀ ਪਤਾ ਨਹੀਂ ਲੱਗਾ ਇਹ ਮੁੜ ਕੇ ਬੱਚੇ ਨੂੰ ਚੈੱਕ ਕਰਨਾ ਬੱਚੇ ਨੂੰ ਕੋਈ ਟੀਕਾ ਲਾਇਆ ਨਾ ਮੁੜ ਕੇ ਡਾਕਟਰ ਨੂੰ ਕੇਸ ਕਰਕੇ ਬੱਚੇ ਦੀ ਸ਼ਕਲ ਵੀ ਨਹੀਂ ਦੇਖੀ ਹੈਗੀ ਬੱਚੇ ਨੇ ਸਾਡੇ ਨਾਲ ਡਾਕਟਰ ਬਹੁਤ ਗਲਤ ਕਰ ਗਿਆ ਉਹ ਸਾਨੂੰ ਧੋਖੇ 'ਚ ਰੱਖ ਗਿਆ ਮਾਰਾ ਪੋਤਾ ਵੀ ਇਹਦੇ ਕੋਈ ਕੇਸ ਕਰਾਰ ਨਾ ਆਵੇ ਚਾਹ ਵੀਰਵਾਰ 3:30 ਵਜੇ ACM ਹੋਸਪਿਟਲ ਵਿੱਚ ਜਨਮ ਲਿਆ ਅਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਅੱਜ 11:30 ਵਜੇ ਸਾਨੂੰ ਕਹਿੰਦੇ ਬੱਚਾ ਆਪਣਾ ਘਰ ਲੈ ਜਾਓ ਠੀਕ ਬਾਵਜੂਦ ਵੀ ਸਾਨੂੰ ਉਸੇ ਵੇਲੇ ਦੱਸਿਆ ਜਿਹੜੇ ਘਰ ਨੂੰ ਲੈ ਜਾਓ ਅੱਛਾ ਆਹ ਡਾਕਟਰ ਲਾਪਰਵਾਹੀ ਨੇ ਸਾਨੂੰ ਪਤਾ ਨਹੀਂ ਅਸੀਂ ਅਨੁਭਵ ਹਾਂ ਸਾਨੂੰ ਕੀ ਪਤਾ ਇਹ ਤਾਂ ਡਾਕਟਰੀ ਲਾਪਰਵਾਹੀ ਹੁੰਦੀ ਹੈ ਅਸੀਂ ਆਹੋ ਮੰਗ ਕਰਨੇ ਵੀ ਅੱਗੇ ਤੋਂ ਹੋਰ ਕੋਈ ਗਰੀਬ ਨਾਲ ਵਿੱਚ ਫਸਿਆ ਜਾਏ ਅਸੀਂ ਤਾਂ ਆਪਣਾ ਨੁਕਸਾਨ ਕਰਾਇਆ ਹੀ ਕਰਾਇਆ ਅਤੇ ਕੋਈ ਹੋਰ ਗਰੀਬ ਨਾਲ ਵਿੱਚ ਆਏ ਨਹੀਂ ਡਾਕਟਰ ਨੇ ਮਿਲਿਆ ਡਾਕਟਰ ਫਾਦਰ ਸਾਹਿਬ ਆਏ ਉਹਨਾਂ ਸਾਡੇ ਕੋਲੋਂ ਮਤਲਬ ਕਹਿਣ ਦਾ ਮਾਫ਼ੀ ਮੰਗੀ ਅਤੇ ਉਹ ਚੱਲ ਗਏ ਅਤੇ ਖੁਦ ਡਾਕਟਰ ਕਿੱਥੇ ਆ ਖੁਦ ਡਾਕਟਰ ਦਾ ਸਾਨੂੰ ਲਾਪਤਾ ਹੈ ਮੇਰੇ ਘਰ ਬੇਬੀ ਹੋਇਆ ਵੀਰਵਾਰ ਅੱਜ ਤੋਂ 3 ਦਿਨ ਪਹਿਲਾਂ ਠੀਕ ਹੈ ਬੇਬੀ ਬੁਆਏ ਹੋਇਆ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਠੀਕ ਹੈ 2 ਦਿਨ 3 ਦਿਨ ਬੇਬੀ ਨੇ ਦੁੱਧ ਵੀ ਪੀਤਾ ਬਾਥਰੂਮ ਵੀ ਕੀਤਾ ਸਭ ਕੁਛ ਕੋਈ ਦਿੱਕਤ ਨਹੀਂ ਡਾਕਟਰ ਨੂੰ ਵੀ ਦਿਖਾ ਕੇ ਆਏ ਦੀਨਾਨਗਰ ਸਭ ਓਕੇ ਆ ਅੱਜ ਡਾਕਟਰ ਨਿਪੁੰਨ ਉਹਨੇ ਦੇਖਿਆ ਸਵੇਰੇ ਵੀ ਆ ਕੇ ਕੱਲ੍ਹ ਵੀ ਦੇਖਿਆ ਆ ਕੇ ਉਹਨੇ ਕਿਹਾ ਕਿ ਮੈਂ ਠੀਕ ਹਾਂ ਮਤਲਬ ਡਾਕਟਰ ਬੱਚਾ ਵੀ ਬਹੁਤ ਵਧੀਆ ਅਤੇ ਬੇਬੀ ਮਤਲਬ ਮੇਰੀ ਨਾਲ ਦੀ ਵੀ ਠੀਕ ਹੈ ਠੀਕ ਹੈ ਮੈਂ ਦੁਕਾਨਦਾਰ ਬੰਦਾ ਅਸੀਂ ਦੁਕਾਨਦਾਰ ਬੰਦੇ ਹਾਂ ਲੋਕਲ ਤਾਰਾਗੜ੍ਹ ਦੇ ਰਹਿਣ ਵਾਲੇ ਹਾਂ KCM ਸ਼ਾਵਾਂ ਦੇ ਅਸੀਂ ਗੁਆਂਢੀ ਹਾਂ ਠੀਕ ਹੈ ਅਸੀਂ ਬਹੁਤ ਮਾਣ ਸਮਾਨ ਉਹਦਾ ਕਰਦੇ ਸੀ ਇੱਜ਼ਤ ਮਾਨ ਕਰਦੇ ਸੀ ਠੀਕ ਹੈ ਬਟ ਮੈਨੂੰ 12:30 ਵਜੇ ਫੋਨ ਆਇਆ
कि बच्चा ठंडा पै गया। और तो बाद मैनू कहते पे है कि दीनानगर डॉक्टर को लाइओ। दीनानगर डॉक्टर को गए, डॉक्टर ने कहा कि एक्सपायर हो गया। बट तुम मैनू दसो जी इन्हों को नई फैसिलिटी हैगी, इन्हों का फर्ज बनता है कि पहला दसना, ठीक है। अं दुकानदार बंदे अं लालच किया कि चल लोकल करवा लें, ठीक है। तुम दसो कि मेरे अही गलत हाँ तो सानू गलत क्यों, ठीक है। जो डॉक्टर उन्होंने गलत कहो, ठीक है, उन्होंने कार्रवाई की जाए, कानूनी कार्रवाई। चलो जो होना ही वो हो गया, जो परमात्मा मंजूर ही वो हो गया। बट 9 महीने उन्हें बच्चा रखा पेट च, ढिड पढ़ाया, ठीक है। 3 दिन बाद चो बच्चा स्पैर हो गया। तुम दसो की गल, डॉक्टर शराबी है, नशेड़ी है, जो किया डॉक्टर ने किया गलत है डॉक्टर, ठीक है। जब अं पैसे ना कोई पैसे नहीं किया, जे इन्होंने क्या 25,000 लेना या 20,000 लेना, अं क्या 20,000 लवो, ठीक है। बधाई अं 3100 दी इन्हों, कोई डॉक्टर नहीं आया, ठीक है, कोई कुछ नहीं आया। डॉक्टर ने फोन मारिया, कहता मैं सर ने ऑपरेट करता पाया, मेरे ना 2 बारी गल हुई है, होर तो कोई कुछ नहीं। दुध पीए कहता सवेरे मेरे ना गलों बातों मतलब अखा जखा मिलाइया, उन्हें कुछ नहीं बोलिया, बिल्कुल सही। मैनू नहीं अच्छी का पता, मैं तुम्हें पहले कह गया अं दुकानदार बंदे हाँ, अं दुकान पर बैठे थे, लेडीज बैठी थी इतने, ठीक है। प्रशासन को की मांग करनी है, जो हो गया ठीक है, कानूनी कार्रवाई की जाए। होर की है कि जे अज साढ़े नाल, जे अज साढ़े नाल माड़ा होया तो के होर वीर भरा माड़ा ना हो, अभी तो अच्छी हामी हाँ बस। सर गल इदा हैगी है कि असी डिलीवरी की इनकी 3 दिन पहला, अज तो 3 दिन पहला, और बच्चा बिल्कुल ठीक ठाक ही। बच्चे अं फिर भी जी भी साढ़े को डिलीवरी होंगी है, कोई भी बाई चांस एक्स वाई जैड कोई भी आता है, ठीक है, वो डिलीवरी होंगी है, अं एक बार जरूर पीडियाट्रिशन भेजते हैं बच्चे दिखा, ठीक है। उन्होंने आप भेजे पीडियाट्रिशन को, और बच्चा दिखा के आए हैं, बच्चा बिल्कुल ठीक ही, पीडियाट्रिशन ने कहता बिल्कुल ओके है बच्चा, बच्चे कोई प्रॉब्लम नहीं है। मोरओवर बच्चे लैके आए, बच्चे मैं उस दिन भी देखा बच्चा बिल्कुल ठीक ठाक ही। ईवन पीडियाट्रिशन के कहने के बावजूद आप फिर राउंड करते हैं बच्चे देखते हैं, उस तो अगले दिन भी मैं राउंड करने गया, बच्चे देखा बच्चा बिल्कुल ठीक ठाक ही। शाम को भी मैं देखा, उस तो अगले दिन जो बच्चे की डैथ हुई है ना, उस तो पहला 10:30 बजे कल की गल है, 10:30 बजे मैं बच्चे चैक करके आया, उन्होंने पेरेंट्स ने पूछा उन्होंने कोई प्रॉब्लम है तो नहीं है कोई, वो कहते कि सानू कोई प्रॉब्लम नहीं हैगी, बच्चे कोई प्रॉब्लम, मदर भी ठीक है, बच्चा भी ठीक है, ठीक है। और 1:30 बजे मैं फोन आता एकदम कि बच्चा एक्सपायर हो गया, ये किताब एक्सपायर हो गया जी, यदा मतलब ये है कुछ फीडिंग से गलती हुई है मम्मी पापा को, जो कुछ कोई ना कोई गल हुई है जिद करके बच्चा एक्सपायर किया, ये साढ़े दे इल्जाम मड़ रहे हैं। दसो जे कोई बच्चा इदा कोई थोड़ी हैगी गल कि बच्चा एकदम कोई एक्सपायर कर जाए, ये किदा हो गया। उन्होंने ज़्यादा दुख सानू है, साढ़े ब्लेम कर तो इन्हों सोचना चाहिए उन्होंने बच्चे ना की किया है, ये साड़ी गलती नहीं हैगी, उन्हों की गलती हैगी है। जे बच्चे कोई प्रॉब्लम हैगी ही, बच्चा उन्होंने को ही 48 घंटे असी भी चैक करते आते रहे हैं बच्चे 2 दिन तो 3 दिन तो, बट उन्होंने जिहड़ा सानू दस्या नहीं जां उन्हां नूं पता नहीं लग्या जां जो भी हैगा, उन्हां दी सरेआम उन्हां दी गलती हैगी है, साडा कोई कसूर नहीं हैगा। अहीं फिर भी उन्दे नाल दुख दे भागीदार हैगे आ, साडा इह काम नहीं हैगा कि अहीं बच्चे नूं मारी जाइए, साडी रिसपोंसिबिलिटी हैगी सारी, मदर दी भी हैगी है, बच्चे दी भी हैगी है। बट अहीं बच्चे दी रिसपोंसिबिलिटी शेयर करन दे बावजूद भी, चैक करन दे बावजूद भी, उस तो बावजूद भी साडे ते इल्जाम ला रहे आ, इह गलत गल है, इह गल्लां एक्सैप्ट नहीं करनी चाहीदी सोसाइटी नूं भी। पर उन्होंने जदों मैं उन्होंने को 10:30 बजे गया सवेरे राउंड करन, ठीक है, बच्चा मैं देखा बच्चा बिल्कुल ओके ही, इन्होंने फीड दी है बच्चे नूं, बच्चे ने वोमिटिंग की है, बच्चा अपने साह की नाली में लै गया दुध नूं, उस करके बच्चे का एकदम साह घुट गया और 1 मिनट के अंदर अंदर डैड हो गया बच्चा। इसी हुण तक की अपडेट, नवीं ते ताज़ा खबरों लिए जुड़े रहो एवन पंजाबी टीवी दे नाल। फ्री लीफ आयुर्वैदिक ऑयल 125 बीमारियों का संपूर्ण इलाज, जिमें गठिया, सर्वाइकल, माइग्रेन अते शरीर विच किसी भी किस्म की दर्द क्यों ना हुंदी होवे, इत्थों तक कि ब्लॉकेज दे नाल बनिया कई बीमारियों का इक्को एक इलाज है फ्री रिलीफ आयुर्वैदिक ऑयल, यानी कि 125 बीमारियों का संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री लीफ पावर मर्दाना कमजोरी नू खत्म करता है ते नरक भरी जिंदगी विच लियाउंदा है रौनक। फ्री लीफ पावर, कब्ज़ तो परेशान होने की हुण जरूरत नहीं है, कब्ज़ तो छुटकारा पाउण लई आ गया कब्ज़ हर चूरन, कब्ज़
हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।